ਵੇਖੋ 50 ਸੂਬਿਆਂ ਦੇ ਵਿੱਚ ਇਲੈਕਸ਼ਨ ਆ ਤੇ ਉੱਥੇ ਵੀ ਆਮ ਆਦਮੀ ਪਾਰਟੀ ਦਾ ਜਿਹੜਾ ਰੁਝਾਨ ਆ ਲੋਕਾਂ ਵਿੱਚ ਬਹੁਤ ਵੇਖਣ ਨੂੰ ਮਿਲਿਆ। ਪੰਜਾਬ 'ਚ ਤਾਂ ਬਣੀ ਬਣੀ ਆ ਸਰਕਾਰ, ਉਹਨਾਂ ਨਾਲ 50 ਸੂਬਿਆਂ ਦੇ ਵਿੱਚ ਵੀ ਬਹੁਮਤ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਤੇ 2024 'ਚ ਪ੍ਰਧਾਨ ਮੰਤਰੀ ਦੇ ਕੈਂਡੀਡੇਟ ਹੋਣਗੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਪ੍ਰਧਾਨ ਮੰਤਰੀ ਬਣਾ ਕੇ ਲੋਕਾਂ ਨੂੰ ਸਹੀ ਸ਼ਾਸਨ ਪ੍ਰਸ਼ਾਸਨ ਦੇਣਗੇ। ਬਿਲਕੁਲ, ਜੇ ਪਹਿਲਾਂ ਕਾਂਗਰਸ ਦੀ ਸਰਕਾਰ ਰਹੀ ਉਹਨਾਂ ਦਿਨੋਂ ਦਿਨ ਮਹਿੰਗਾਈ ਕੀਤੀ, ਜੇ ਮੋਦੀ ਨੂੰ ਲੋਕਾਂ ਨੇ ਬੜੀ ਆਸ ਨਾਲ ਵੋਟਾਂ ਪਾਈਆਂ ਤੇ ਮੋਦੀ ਨੇ ਡੀਜ਼ਲ ਦੇ ਮੁੱਲ ਵੀ ਦੁੱਗਣੇ ਕਰਤੇ, ਰਸੋਈ ਗੈਸ ਦੇ ਜੋ ਵੀ ਚੀਜ਼ ਹਰੇਕ ਤੇ ਬੜੀ ਮਹਿੰਗਾਈ ਹੋਈ। ਆ ਹੁਣ ਆਉਂਦੇ ਹੋ 2024 ਕੇਜਰੀਵਾਲ ਸਾਹਿਬ ਨੂੰ ਆਉਂਦੇ ਹੋਏ ਮਹਿੰਗਾਈ ਨੂੰ ਵੀ ਠੱਲ ਪਾਵਾਂਗੇ। ਆਮ ਲੋਕਾਂ ਦੀ ਸਰਕਾਰ ਬਣੇਗੀ, ਜੋ ਲੋਕ ਕਹਿਣਗੇ ਉਹਨਾਂ ਦੇ ਅਨੁਸਾਰ ਚੱਲਾਂਗੇ।